ਇੱਕ ਦਿਨ ਚ ਜਾ ਕੇ ਨਸ਼ਾ ਤਸਕਰਾਂ ਦਾ ਲੱਗ ਸਰ ਅੱਜ ਕੀ ਮਾਮਲਾ ਹੈ ਜਿਸ ਦੇ ਤਹਿਤ ਤੁਸੀਂ ਅੱਜ ਪ੍ਰਾਪਰਟੀ ਲੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਐਸਐਸਪੀ ਸਾਹਿਬ ਬਠਿੰਡਾ ਸਾਹਿਬ ਰਣਜੀਤ ਸਿੰਘ ਗਿੱਲ ਉਹਨਾਂ ਦੀ ਰਹਿਨਮਾਈ ਦੇ ਵਿੱਚ ਬਠਿੰਡਾ ਪੁਲਿਸ ਇਹ ਜਿਹੜੇ ਸਮਗਲਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਨੂੰ ਫਰੀਜ਼ ਕਰਨ ਦੇ ਵਿੱਚ ਉਸੇ ਦੀ ਲੜੀ ਦੇ ਵਿੱਚ ਅੱਜ ਜਸਵਿੰਦਰ ਸਿੰਘ ਜਿਹੜਾ ਥਾਣੇ ਦਾ ਹੈਗਾ ਇੱਥੇ ਇੱਕ ਭੁੱਕੀ ਦਾ ਪਰਚਾ ਦਰਜ ਹੋਇਆ ਸੀਗਾ 2 ਕੁਇੰਟਲ ਦਾ 2019 'ਚ ਉਹਦੇ ਵਿੱਚ ਉਹਨੂੰ ਕਨਵੈਕਸ਼ਨ ਹੋਈ ਹੈ ਅਤੇ ਉਹਦੀ ਅਸੀਂ ਜਿਹੜੀ ਪ੍ਰੋਪਰਟੀ ਹੈ ਉਹਨੂੰ ਅਸੀਂ ਲੋਕੇਟ ਕੀਤਾ ਜਿਹੜੀ ਉਹਦੀ ਪ੍ਰੋਪਰਟੀ ਉਹਨੇ ਇਸ ਸਮਗਲਿੰਗ ਤੋਂ ਬਣਾਈ ਸੀਗੀ ਉਹਦੇ ਵਿੱਚ ਇੱਕ ਉਹਦਾ ਘਰ ਹੈਗਾ ਇੱਕ ਉਹਦੀ ਕਾਰ ਆ ਮਰੂਤੀ ਕਾਰ ਆ ਮੋਟਰਸਾਈਕਲ ਆ ਬੈਂਕ ਅਕਾਊਂਟਸ ਹੈਗੇ ਆ ਉਹ ਸਾਰੀ ਪ੍ਰੋਪਰਟੀ ਨੂੰ ਅਸੀਂ ਅੱਜ ਸੀਜ ਕੀਤਾ ਹੈਗਾ ਇਹ ਅਪਰੋਕਸੀਮੇਟਲੀ 37-38 ਲੱਖ ਦੀ ਪ੍ਰੋਪਰਟੀ ਬਣ ਗਈ ਹੈ ਜਿਹੜਾ ਘਰ ਆ ਇਹ 27-28 ਲੱਖ ਦਾ ਹੈਗਾ ਬਾਕੀ ਜਿਹੜੀ ਉਹਦੀ ਜੇ ਉਦਾਂ ਮਾਰਕੀਟ ਵੈਲਿਊ ਦੇਖੋ ਤਾਂ ਕਾਫੀ ਜ਼ਿਆਦਾ ਹੈਗੀ ਆ ਅਤੇ ਇਹ ਮਤਲਬ NDPS Act ਦੇ ਵਿੱਚ ਜਿੰਨੇ ਵੀ ਪਰਚੇ ਦਰਜ ਹੋਏ ਨੇ ਜਿਹੜੇ ਜਿਹੜੇ ਮੁਲਜ਼ਮਾਂ ਦੇ ਉੱਤੇ ਉਹਨਾਂ ਦੀ ਪ੍ਰੋਪਰਟੀਆਂ ਜਿਹੜੀ ਬਠਿੰਡਾ ਪੁਲਿਸ ਆ ਉਹ ਖੰਗਾਲ ਰਹੀ ਹੈ ਜਿਵੇਂ ਜਿਵੇਂ ਵੀ ਰਿਕੇਟ ਹੋ ਰਹੀਆਂ ਕੰਪੀਟੈਂਟ ਅਥਾਰਟੀ ਤੋਂ ਉਹਦੇ ਆਰਡਰ ਲੈ ਕੇ ਤਾਂ ਉਹ ਜਿਹੜੀ ਪ੍ਰੋਪਰਟੀ ਹੈ ਸੀਜ ਕਰ ਦਿੱਤੀ DSP ਸਾਹਿਬ ਇਹਨਾਂ 'ਤੇ ਕਿੰਨੇ ਪਰਚੇ ਦਰਜ ਸੀਗੇ NDPT Act 'ਤੇ ਕਿੰਨਿਆਂ 'ਚ ਇਹਨਾਂ ਨੂੰ ਸਜ਼ਾ ਜਾਪਦਾ ਇਹਦੇ ਵਿੱਚ NDPT Act ਦਾ ਇਹਦੇ 'ਤੇ ਇੱਕ ਪਰਚਾ ਦਰਜ ਹੈ ਜਿਹਦੇ ਵਿੱਚ ਇਹਦੀ ਕਾਰਵਾਈ ਹੋਈ ਹੈਗੀ ਆ ਤਾਂ ਹੁਣ ਅਗਲਾ ਕੀ ਪ੍ਰੋਸੀਜਰ ਹੋਊਗਾ ਅਗਲਾ ਇਹਨੂੰ ਹੁਣ ਅਸੀਂ ਪ੍ਰੋਪਰ ਸੀਜ ਕਰ ਦਿੱਤਾ ਗਿਆ ਅਤੇ ਆਪਣੀ ਇਹ ਸਾਰੀ ਉਹ ਪੈਰਵੀ ਕਰੇਗਾ ਇਹ ਵੀ ਜਾਂ ਮੇਰੀ ਸੀ ਜੇ ਨਹੀਂ ਸਾਬਤ ਕਰ ਸਕਦਾ ਹੋਊਗਾ ਤਾਂ ਇਹ ਜਿਹੜੀ ਇਹ ਸਰਕਾਰ ਜਬਤ ਕਰ ਅਤੇ ਇੱਥੇ ਕੋਈ ਰਹਿ ਰਿਹਾ ਹੁਣ ਇਸ ਘਰ 'ਚ ਹਜੇ ਨਹੀਂ ਅੱਜ ਮਤਲਬ ਅਸੀਂ ਹੁਣ ਤੁਹਾਡੇ ਸਾਹਮਣੇ ਹੀ ਅਸੀਂ ਆਏ ਹਾਂ ਲੇਕਿਨ ਐਂ ਤਾਂ ਜਾਪਦਾ ਹੀ ਆ ਵੀ ਘਰ ਰਹਿ ਰਹੇ ਹਾਂ ਪਰ ਇਸ ਟਾਈਮ ਘਰ ਕੋਈ ਨਹੀਂ ਜੀ ਕੋਈ ਇਸ ਤੋਂ ਇਲਾਵਾ ਵੀ ਹੋਰ ਕੋਈ ਕੇਸ ਹੈ ਪੈਂਡਿੰਗ ਜਿਹੜੇ ਭੇਜੇ ਹੋਣ ਤੁਸੀਂ ਹਾਂ ਉਹ ਕਾਫੀ ਕੇਸ ਨੇ ਜਿਹੜੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੇ ਭੇਜੇ ਆ ਕੰਪੀਟੈਂਟ ਅਥਾਰਟੀ ਨੂੰ ਉਹ ਵੀ ਸਾਰਾ ਆਪਣਾ ਪ੍ਰੋਸੀਜਰ ਅਡੋਪਟ ਕਰਦੇ ਆ ਸਾਰਾ ਖੰਗਾਲਦੇ ਆ ਸਾਰੇ ਮਤਲਬ ਕੰਪਲੀਟ ਕਰਕੇ ਜਦੋਂ ਕੰਪਲੀਟ ਹੋ ਜਾਂਦਾ ਫਿਰ ਆਰਡਰ ਉਹ ਸੈਂਡ ਕਰ ਦਿੰਦੇ ਜਿਹੜੀ ਫਿਰ ਅਗਲੀ ਪ੍ਰਕਿਰਿਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਗੇ ਹੋਰ ਵੀ ਕਾਫੀ ਜ਼ਿਆਦਾ ਬਠਿੰਡਾ ਪੁਲਿਸ ਦੇ ਵਿੱਚ ਇੱਥੇ ਥਾਣੇ 'ਚ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਕੀਤੇ ਜਾਣਗੇ ਦਰ ਕੇਸ ਇਹ ਜ਼ਿਲ੍ਹੇ ਦੀ ਕੀ ਫਿਗਰ ਹੈ ਜਿਹੜੀ ਹੁਣ ਤੱਕ ਕਿੰਨੇ ਕੇਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਫਰੀਜ਼ਿੰਗ ਹੋ ਚੁੱਕੀ ਹੈ ਅਤੇ ਕਿੰਨੇ ਕੇਸ ਜਿਹੜੇ ਪੈਂਡਿੰਗ ਨੇ 29 ਕੇਸ ਜਿਹੜੇ ਆ ਕੰਪੀਟੈਂਟ ਅਥਾਰਟੀ ਕੋਲ ਜਮ੍ਹਾਂ ਬਾਕੀ ਜਿਹੜੇ ਅਸੀਂ ਬਾਕੀ ਕੇਸ ਅਸੀਂ ਤਿਆਰ ਕਰ ਰਹੇ ਹਾਂ 18 ਕੇਸ ਕਨਫਰਮ ਹੋ ਗਏ ਜਿਹੜੀ 3 ਕਰੋੜ ਦੇ ਲਗਭਗ ਜਿਹੜੀ ਪ੍ਰੋਪਰਟੀ ਆ ਉਹ ਸਾਡੀ ਫਰੀਜ਼ ਕਰ ਚੁੱਕੇ ਅਸੀਂ ਬਾਕੀ ਸਾਡੇ ਮਾਣਯੋਗ SSP ਸਾਹਿਬ ਦੀਆਂ ਮਤਲਬ ਬੜੀਆਂ ਸਖਤ ਹਦਾਇਤਾਂ ਲੇਕਿਨ ਉਹ ਵੀ ਇਹਦੇ 'ਤੇ ਬੜੀ ਮੋਨੀਟਰਿੰਗ ਕਰਦੇ ਆ ਹਰ ਮਤਲਬ ਜਿਹੜਾ ਹੈਗਾ ਮੁਕੱਦਮਾ ਜਾਂ ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਜਿੰਨੇ ਵੀ ਸਾਡੇ ਪੁਰਾਣੇ ਪਰਚੇ ਆ ਉਹਨਾਂ ਨੂੰ ਜਾਂ ਨਵੇਂ ਪਰਚੇ ਜਿਹੜੇ ਉਹਨਾਂ ਨੂੰ ਅਸੀਂ ਚੱਕ ਕੇ ਜਿੰਨੀ ਉਹਨਾਂ ਦੀ ਪ੍ਰੋਪਰਟੀ ਉਹ ਤੋਂ ਬਣੀ ਹੋਈ ਉਹਨੂੰ ਵੈਰੀਫਾਈ ਕਰਕੇ ਅਤੇ ਕੰਪੀਟੈਂਟ ਅਥਾਰਟੀ ਨੂੰ ਅਸੀਂ ਇਹ ਕੇਸ ਭੇਜ ਦਿੰਦੇ ਹਾਂ ਜਿਹੜਾ ਉਹ ਫਰੀਜ਼ ਹੋ ਕੇ ਆ ਜਾਂਦਾ ਹੁਣ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਨੇ ਸਾਡੇ ਸਿਰਫ ਜ਼ਿਲ੍ਹੇ 'ਚ ਪੈਂਡਿੰਗ ਕੋਈ ਨਹੀਂ ਕੰਪੀਟੈਂਟ ਅਥਾਰਟੀ ਕੋਲ ਸਾਡੇ 11 ਪੈਂਡਿੰਗ ਹੈਗੇ ਆ ਲੇਕਿਨ ਅਸੀਂ ਹੋਰ ਵੀ ਜਿਹੜੇ 7-8 ਕੇਸ ਉਹ ਜਲਦੀ ਉਹਨਾਂ ਨੂੰ ਭੇਜ ਦੇਣੇ ਇਸ ਮਹੀਨੇ ਦੇ ਵਿੱਚ ਇਹ ਕਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਤੁਸੀਂ 18 ਕੀਤੇ ਨੇ ਇਹ ਕਿੰਨੇ ਦਿਨਾਂ ਦੀ ਗੱਲ ਟੋਟਲ ਤਾਂ ਪਿਛਲੇ ਨਵੰਬਰ ਦਸੰਬਰ ਦੇ ਮਹੀਨੇ ਤੋਂ ਲੈ ਕੇ ਤਾਂ ਜਿਹੜਾ ਜਨਵਰੀ ਦਾ ਮਹੀਨਾ ਚੱਲ ਰਿਹਾ ਦੋ ਢਾਈ ਮਹੀਨਿਆਂ ਦੇ ਵਿੱਚ ਅਸੀਂ ਜਿਹੜੇ 18 ਕੇਸ ਕਨਫਰਮ ਕਰਾਏ ਕਹਿ ਸਕਦੇ ਹਾਂ ਵੀ ਪੰਜਾਬ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜੇ ਨੇ ਉਹ ਬਠਿੰਡਾ ਜ਼ਿਲ੍ਹੇ ਵਿੱਚ ਸਾਲ ਦੀ ਘੜੀ ਤਾਂ ਸਾਨੂੰ ਇਹ ਲੱਗ ਰਿਹਾ ਵੀ ਸਾਡੇ ਕੇਸ ਵੱਧ ਹੈਗੇ ਬਟ ਸਾਨੂੰ ਦੂਜੇ ਜ਼ਿਲ੍ਹਿਆਂ ਦੀ ਹਜੇ ਕੋਈ ਪ੍ਰੋਪਰ ਫਿਗਰ ਦਾ ਨਹੀਂ ਪਤਾ ਲੇਕਿਨ ਸਾਰੇ ਜ਼ਿਲ੍ਹੇ ਲੱਗੇ ਹੋਏ ਆ ਬਟ ਇਹ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੇ ਆ ਕੇਸ ਬਹੁਤ ਜ਼ਿਆਦਾ ਕਨਫਰਮ ਹੋ ਕੇ ਆਏ ਜਿੰਨੀ ਪ੍ਰੋਪਰਟੀ ਨੂੰ ਅਸੀਂ ਫਰੀਜ਼ ਕੀਤਾ ਕਿੱਥੋਂ ਕਿੱਥੇ ਤੁਸੀਂ ਇਹ ਫਰੀਜ਼ਿੰਗ ਦੇ ਜਿਹੜਾ ਕੀਤੇ ਆ ਕੁਛ ਫਿਗਰ ਹੈਗੀ ਆ ਤੁਹਾਡੇ ਕੋਲ ਜਿਹੜੇ ਹੋਰ ਰਾਮਾ ਕੀਤੇ ਆ ਕੁਛ ਅਸੀਂ ਮੂਵੇਬਲ ਕੁਛ ਅਨਮੂਵੇਬਲ ਜਿਹੜੀ ਪ੍ਰੋਪਰਟੀ ਉਹ ਫਰੀਜ਼ ਕੀਤੀ ਆ ਰਾਮਾ ਹੋ ਗਿਆ ਨਥਾਣਾ ਹੋ ਗਿਆ ਆਪਾਂ ਸ਼ਹਿਰ ਉਸ ਦਿਨ ਗਏ ਸੀਗੇ ਬਠਿੰਡਾ ਸਿਵਲ ਲਾਈਨ ਦੇ ਸਿਟੀ ਦੇ ਮਤਲਬ ਆਲਮੋਸਟ ਸਾਰੇ ਥਾਣਿਆਂ ਦੇ ਇੱਕ ਇੱਕ ਜਿਹੜਾ ਕੇਸ ਆ ਦੋ ਦੋ ਕੇਸ ਅਸੀਂ ਫਰੀਜ਼ ਕਰਾ ਚੁੱਕੇ ਹਾਂ